ਅੱਜ ਅਸੀਂ ਗੱਲ ਕਰਾਂਗੇ ਸ਼ਬਦ ਬੋਧ ਬਾਰੇ। ਹਰੇਕ ਭਾਸ਼ਾ ਕੋਲ ਅਸੀਮ ਸ਼ਬਦ ਭੰਡਾਰ ਹੁੰਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਸ਼ਬਦ ਜੀਵਾਂ, ਸਥਾਨਾਂ, ਵਸਤਾਂ ਦੇ ਨਾਂ ਹੁੰਦੇ ਹਨ। ਮਨੁੱਖੀ ਆਲਾ ਦੁਆਲਾ ਕੁਦਰਤ ਦੇ ਅਜਿਹੇ ਵਰਤਾਰੇ ਨਾਲ ਭਰਪੂਰ ਹੈ। ਮਨੁੱਖ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰੇਕ ਵਸਤੂ, ਵਰਤਾਰੇ, ਭਾਵਨਾ ਆਦਿ ਦਾ ਕੋਈ ਨਾ ਕੋਈ ਨਾਂ ਰੱਖ ਲੈਂਦਾ ਹੈ। ਉਪਰੀ ਨਜ਼ਰੇ ਹੀ ਇਹ ਨਾਮ ਸੰਸਾਰ ਦੀ ਭਾਸ਼ਾ ਜਾਪਦੀ ਹੈ, ਪਰ ਬਹੁਤ ਸਾਰੇ ਅਜਿਹੇ ਸ਼ਬਦ ਵੀ ਹਨ ਜੋ ਵਸਤਾਂ ਦੇ ਨਾਂ ਨਾਲ ਨਹੀਂ, ਸਗੋਂ ਉਹਨਾਂ ਦੇ ਗੁਣਾਂ, ਕਿਰਿਆਵਾਂ ਅਤੇ ਭਾਵਾਂ ਦੀ ਪੇਸ਼ਕਾਰੀ ਕਰਦੇ ਹਨ। ਕੁਝ ਸ਼ਬਦ ਅਜਿਹੇ ਵੀ ਹਨ ਜੋ ਗੁਣਾਂ, ਕਿਰਿਆਵਾਂ ਅਤੇ ਭਾਵਾਂ ਦੀ ਪੇਸ਼ਕਾਰੀ ਨਹੀਂ ਕਰਦੇ, ਸਗੋਂ ਉਹਨਾਂ ਵਿਚਲੇ ਸੰਬੰਧਾਂ ਨੂੰ ਉਜਾਗਰ ਕਰਨ ਦੀ ਭੂਮਿਕਾ ਨਿਭਾਉਂਦੇ ਹਨ। ਇਸ ਪ੍ਰਕਾਰ ਵਿਆਕਰਨ ਵਿੱਚ ਭਾਸ਼ਾ ਦੇ ਇਸ ਵਿਸ਼ਾਲ ਅਤੇ ਜਟਲ ਸ਼ਬਦ ਭੰਡਾਰ ਨੂੰ ਕੁਝ ਸੀਮਿਤ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਵਾਕ ਵਿੱਚ ਸ਼ਬਦ ਇਹਨਾਂ ਸ਼ਬਦ ਸ਼੍ਰੇਣੀਆਂ ਦੇ ਮੈਂਬਰਾਂ ਵਿੱਚੋਂ ਵਿਚਰਦੇ ਹਨ। ਇੱਕੋ ਸ਼੍ਰੇਣੀ ਨਾਲ ਸੰਬੰਧਿਤ ਸ਼ਬਦ ਸਾਂਝੇ ਵਿਆਕਰਨਕ ਲੱਛਣਾਂ ਦੇ ਧਾਰਨੀ ਹੁੰਦੇ ਹਨ। ਉਦਾਹਰਣ ਦੇ ਤੌਰ 'ਤੇ ਮੁੰਡਾ, ਪੁਲਿਸ, ਡਾਕਟਰ, ਰੁੱਖ, ਪਾਣੀ ਆਦਿ ਸ਼ਬਦ ਨਾਮ ਹਨ ਅਤੇ ਨਾਮ ਦੀ ਇੱਕੋ ਸ਼੍ਰੇਣੀ ਨਾਲ ਸੰਬੰਧਿਤ ਹਨ। ਇਸ ਤੋਂ ਇਲਾਵਾ ਕੁਝ ਸ਼ਬਦ ਅਜਿਹੇ ਹਨ ਜੋ ਇੱਕ ਤੋਂ ਵੱਧ ਸ਼੍ਰੇਣੀਆਂ ਦੇ ਮੈਂਬਰ ਹੋਣ ਦੀ ਭੂਮਿਕਾ ਨਿਭਾਉਂਦੇ ਹਨ। ਜਿਵੇਂ ਬੱਚਾ ਤਰ ਖਾ ਰਿਹਾ ਹੈ, ਇੱਥੇ ਤਰ ਨਾਮ ਤੋਂ ਹੈ। ਉਹ ਦਰਿਆ ਵਿੱਚ ਤਰ ਰਹੇ ਹਨ, ਇੱਥੇ ਤਰ ਦਾ ਭਾਵ ਕਿਰਿਆ ਹੈ। ਤਰ ਕੰਧ ਉੱਤੇ ਸੀਮੈਂਟ ਬੰਧ ਪਕੜ ਕਰਦਾ ਹੈ, ਇੱਥੇ ਤਰ ਦੇ ਅਰਥ ਵਿਸ਼ੇਸ਼ਣ ਵਜੋਂ ਹਨ। ਅੱਗੇ ਅਸੀਂ ਗੱਲ ਕਰਦੇ ਹਾਂ ਇੱਕ ਹੋਰ ਵਾਕ ਦੇ ਵਿੱਚ। ਉਹ ਘਰ ਦੇ ਮੋੜ ਉੱਤੇ ਖੜ੍ਹਾ ਸੀ, ਇੱਥੇ ਮੋੜ ਨਾਮ ਦੇ ਵਜੋਂ ਵਰਤਿਆ ਗਿਆ ਹੈ। ਉਸਨੇ ਮੇਰਾ ਸਾਰਾ ਸਮਾਨ ਮੋੜ ਦਿੱਤਾ, ਇੱਥੇ ਮੋੜ ਇੱਕ ਕਿਰਿਆ ਦਾ ਰੂਪ ਹੈ। ਇਸ ਪ੍ਰਕਾਰ ਵਿਆਕਰਨ ਵਿੱਚ ਸ਼ਬਦਾਂ ਦਾ ਅਧਿਐਨ ਦੋ ਪ੍ਰਕਾਰ ਨਾਲ ਹੁੰਦਾ ਹੈ। ਇੱਕ ਅਧਿਐਨ ਦਾ ਸੰਬੰਧ ਸ਼ਬਦਾਂ ਦੀ ਸ਼੍ਰੇਣੀ ਵੰਡ, ਰੂਪਾਂਤਰ, ਰਚਨਾ ਅਤੇ ਵਰਤੋਂ ਦੇ ਨਿਯਮਾਂ ਨਾਲ ਹੈ। ਇਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ। ਦੂਜੇ ਪੱਖ ਵਿੱਚ ਸ਼ਬਦਾਂ ਦੇ ਅਰਥਾਂ ਪੱਖੋਂ ਵਿਆਖਿਆ ਕੀਤੀ ਜਾਂਦੀ ਹੈ, ਸ਼ਬਦ ਭੇਦ। ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਯੋਗਤਾ ਇਕਾਈ ਹੈ। ਪ੍ਰਯੋਗ ਦੇ ਆਧਾਰ 'ਤੇ ਪੰਜਾਬੀ ਦੀਆਂ ਸ਼ਬਦ ਸ਼੍ਰੇਣੀਆਂ ਨੂੰ ਹੇਠ ਲਿਖੇ 8 ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਨੂੰ ਸ਼ਬਦ ਭੇਦ ਆਖਿਆ ਜਾਂਦਾ ਹੈ। ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਕ। ਪਹਿਲਾਂ ਆਪਾਂ ਨਾਮ ਦੀ ਗੱਲ ਕਰਦੇ ਹਾਂ। ਨਾਮ ਕਿਸੇ ਵਿਅਕਤੀ, ਸਥਾਨ, ਜੀਵ, ਵਸਤੂ, ਹਾਲਤ, ਗੁਣ, ਭਾਵ, ਕੰਮ ਆਦਿ ਨਾਂ ਨੂੰ ਨਾਮ ਕਿਹਾ ਜਾਂਦਾ ਹੈ। ਜਿਵੇਂ ਕਰਮਜੀਤ, ਜਲੰਧਰ, ਬਲਦ, ਪੈਨਸਲ, ਗਰਮੀ, ਅਮੀਰੀ, ਪਿਆਸ ਆਦਿ। ਹੁਣ ਆਪਾਂ ਗੱਲ ਕਰਦੇ ਹਾਂ ਪੜਨਾਮ ਦੀ। ਪੜਨਾਮ ਸ਼ਬਦ ਜਿਹੜਾ ਕਿਸੇ ਨਾਮ ਦੀ ਥਾਂ 'ਤੇ ਵਰਤਿਆ ਜਾਵੇ ਉਸਨੂੰ ਪੜਨਾਮ ਕਹਿੰਦੇ ਹਨ। ਨਾਮ ਦੀ ਥਾਂ 'ਤੇ ਆਉਂਦੇ ਜੋ ਪੜਨਾਮ ਸ਼ਬਦ ਇਹ, ਅਸੀਂ ਅਤੇ ਉਹ, ਜਿਵੇਂ ਮੈਂ, ਤੂੰ, ਉਹ ਆਦਿ। ਜਿਵੇਂ ਆਪਾਂ ਕਹੀਏ ਬਲਜਿੰਦਰ ਪੜ੍ਹ ਰਿਹਾ ਹੈ, ਉਹ ਲਗਨ ਨਾਲ ਪੜ੍ਹਾਈ ਕਰ ਰਿਹਾ ਹੈ। ਬਲਜਿੰਦਰ ਦੀ ਜਗ੍ਹਾ 'ਤੇ ਜਦੋਂ ਉਹ ਆ ਗਿਆ ਤਾਂ ਨਾਮ ਦੀ ਥਾਂ 'ਤੇ ਜਿਹੜਾ ਸ਼ਬਦ ਅਸੀਂ ਵਰਤ ਲਿਆ ਉਸਨੂੰ ਆਪਾਂ ਕੀ ਆਖਦੇ ਹਾਂ? ਪੜਨਾਮ। ਇਸੇ ਤਰ੍ਹਾਂ ਵਿਸ਼ੇਸ਼ਣ, ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਸਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਗੋਰਾ, ਕਾਲਾ, ਮੋਟਾ, ਸਾਊ ਆਦਿ। ਕਿਰਿਆ, ਬੱਚਾ ਖੇਡਿਆ, ਦੌੜਿਆ, ਗਿਰਿਆ, ਇਸ ਗੱਲ ਨੂੰ ਹੀ ਕਹਿੰਦੇ ਕਿਰਿਆ।
ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਕਿਰਿਆ ਖਵਾਉਂਦਾ ਹੈ, ਜਿਵੇਂ ਗਿਆ, ਆਵਾਂਗਾ, ਸੌਂਦਾ, ਪੜ੍ਹੋ ਆਦਿ। ਕਿਰਿਆ ਵਿਸ਼ੇਸ਼ਣ, ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ, ਜਿਵੇਂ ਹੌਲੀ, ਤੇਜ਼, ਅੱਗੇ, ਇੱਥੇ। ਸੰਬੰਧਕ, ਜਿਹੜਾ ਸ਼ਬਦ ਨਾਮ, ਪੜਨਾਮ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਕਿਸੇ ਦੂਸਰੇ ਸ਼ਬਦ ਨਾਲ ਸੰਬੰਧ ਸਪਸ਼ਟ ਕਰਦਾ ਹੈ ਉਸਨੂੰ ਸੰਬੰਧਕ ਆਖਦੇ ਹਨ, ਜਿਵੇਂ ਦਾ, ਦੇ, ਦੀ, ਨੇ, ਨੂੰ, ਕੋਲ ਆਦਿ। ਯੋਜਕ, ਜਿਹੜਾ ਸ਼ਬਦ ਦੋ ਵਾਕਾਂਸ਼ਾਂ, ਵਾਕਾਂ ਜਾਂ ਵਾਕਾਂ ਨੂੰ ਜੋੜਦਾ ਹੈ ਉਸਨੂੰ ਯੋਜਕ ਕਿਹਾ ਜਾਂਦਾ ਹੈ, ਜਿਵੇਂ ਕਿਉਂਕਿ, ਨਾਲੇ, ਜਾਂ, ਭਾਵ ਕਿ ਅਤੇ ਆਦਿ। ਇਸੇ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਬਿਸਮਕ, ਖੁਸ਼ੀ, ਗਮੀ, ਹੈਰਾਨੀ, ਭੈ, ਪ੍ਰਸ਼ੰਸਾ ਆਦਿ ਨਾਵਾਂ ਦੇ ਪ੍ਰਗਟਾਵੇ ਲਈ ਸੁਭਾਵਕੀ ਮੂੰਹੋਂ ਨਿਕਲਦੇ ਸ਼ਬਦ ਬਿਸਮਕ ਹੁੰਦੇ ਹਨ, ਜਿਵੇਂ ਵਾਹ, ਆਹਾ, ਹਾਏ, ਉਫ ਆਦਿ। ਹੁਣ ਅਸੀਂ ਗੱਲ ਕਰਦੇ ਹਾਂ ਸ਼ਬਦ ਰਚਨਾ ਦੀ। ਸ਼ਬਦ ਅੱਖਰਾਂ, ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ ਬਣਦੇ ਹਨ। ਅਰਥਾਂ ਦੇ ਪੱਧਰ 'ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ। ਜਿਹੜੀ ਬੋਲੀ ਅਸੀਂ ਬੋਲਦੇ ਹਾਂ ਜਾਂ ਲਿਖਦੇ ਹਾਂ ਉਸ ਵਿੱਚ ਵਰਤੇ ਜਾਂਦੇ ਸ਼ਬਦ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਹਨ। ਨੰਬਰ 1 ਮੂਲ ਸ਼ਬਦ, ਨੰਬਰ 2 ਰਚਿਤ ਸ਼ਬਦ। ਆਪਾਂ ਗੱਲ ਕਰਦੇ ਹਾਂ ਮੂਲ ਸ਼ਬਦ ਦੀ। ਮੂਲ ਸ਼ਬਦ ਉਹ ਹੈ ਜੋ ਆਪਣੇ ਆਪ ਵਿੱਚ ਪੂਰਨ ਇਕਾਈ ਹੁੰਦਾ ਹੈ। ਇਸ ਸ਼ਬਦ ਨੂੰ ਅੱਗੋਂ ਤੋੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਦੀ ਬਣਤਰ ਵਿੱਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ ਹੋਇਆ ਮਿਲਦਾ ਹੈ। ਉਦਾਹਰਣ ਲਈ ਹੇਠਾਂ ਦਿੱਤੇ ਸ਼ਬਦ ਮੂਲ ਸ਼ਬਦ ਹਨ, ਕਰ, ਪੜ੍ਹ, ਰੇਤ, ਬਾਗ, ਜਾ, ਤੂੰ। ਰਚਿਤ ਸ਼ਬਦ, ਰਚਿਤ ਸ਼ਬਦ ਉਹ ਹੈ ਜਿਹੜਾ ਮੂਲ ਸ਼ਬਦ ਤੋਂ ਵੱਖ ਵੱਖ ਢੰਗਾਂ ਨਾਲ ਰਚਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਦੀ ਬਹੁਤੀ ਸ਼ਬਦਾਵਲੀ ਅਜਿਹੇ ਸ਼ਬਦਾਂ ਦੀ ਹੁੰਦੀ ਹੈ। ਰਚਿਤ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ, ਸਮਾਸੀ ਸ਼ਬਦ, ਉਤਪੰਨ ਸ਼ਬਦ। ਸਮਾਸੀ ਸ਼ਬਦ, ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ। ਜਦੋਂ ਦੋ ਜਾਂ ਤਿੰਨ ਸ਼ਬਦਾਂ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਬਣਾਇਆ ਜਾਵੇ ਜਿਵੇਂ ਕਿ ਉਹ ਇੱਕ ਨਵਾਂ ਅਰਥ ਦੇਣ ਵਾਲਾ ਵੱਖਰਾ ਸ਼ਬਦ ਬਣ ਜਾਵੇ ਤਾਂ ਉਸਨੂੰ ਸਮਾਸੀ ਸ਼ਬਦ ਆਖਦੇ ਹਨ। ਜਿਵੇਂ ਸੱਜਰੀ ਵਿਆਹੀ ਹੋਈ, ਸੱਜ ਵਿਆਹੀ, ਹੱਥ ਨੂੰ ਲੱਗਣ ਵਾਲੀ ਕੜੀ, ਹੱਥ ਕੜੀ, ਲੋਕਾਂ ਦਾ ਰਾਜ, ਲੋਕ ਰਾਜ। ਸਮਾਸ ਵਿਧੀ ਨਾਲ ਸ਼ਬਦ ਬਣਾਉਣ ਬਾਰੇ ਕੁਝ ਨੁਕਤੇ ਇਸ ਪ੍ਰਕਾਰ ਹਨ। ਪੰਜਾਬੀ ਵਿੱਚ ਆਮ ਤੌਰ 'ਤੇ ਸਮਾਸ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਹੈ। ਕਦੀ ਕਦਾਈ ਇਹ ਤਿੰਨ ਸ਼ਬਦਾਂ ਦਾ ਵੀ ਹੁੰਦਾ ਹੈ, ਜਿਵੇਂ ਹਰਮਨ ਪਿਆਰਾ, ਹਰ ਜਮਾਂ ਮਨ ਜਮਾਂ ਪਿਆਰਾ। ਸਮਾਸ ਵਿਧੀ ਰਾਹੀਂ ਸ਼ਬਦ ਬਣਾਉਣ ਸਮੇਂ ਯੋਜਕ, ਸੰਬੰਧਕ ਆਦਿ ਸ਼ਬਦ ਛੱਡ ਦਿੱਤੇ ਜਾਂਦੇ ਹਨ, ਜਿਵੇਂ ਰਾਸ਼ਟਰ ਦਾ ਪਤੀ ਤੋਂ ਰਾਸ਼ਟਰਪਤੀ, ਆਪ ਨਾਲ ਬੀਤੀ ਤੋਂ ਆਪ ਬੀਤੀ। ਸਮਾਸ ਵਿਧੀ ਰਾਹੀਂ ਬਣਿਆ ਸ਼ਬਦ ਸਾਰਥਕ ਹੁੰਦਾ ਹੈ, ਜਿਵੇਂ ਆਤਮਘਾਤ, ਚਿੜੀਆਘਰ, ਪਗਡੰਡੀ ਆਦਿ। ਵੱਖ ਵੱਖ ਸ਼ਬਦਾਂ ਤੋਂ ਜੁੜ ਕੇ ਬਣਦੇ ਸਮਾਸੀ ਸ਼ਬਦਾਂ ਦੀਆਂ ਕੁਝ ਉਦਾਹਰਣਾਂ ਇਸ ਪ੍ਰਕਾਰ ਹਨ, ਨਾਮ ਜਮਾਂ ਨਾਮ ਬਰਾਬਰ ਹੱਥ ਕੜੀ, ਜੇਬ ਘੜੀ, ਚਿੜੀਆਘਰ, ਜਲ ਘਰ, ਹੱਥ ਪੈਰ ਆਦਿ। ਵਿਸ਼ੇਸ਼ਣ ਜਮਾਂ ਨਾਮ ਬਰਾਬਰ ਖੁਸ਼ਕਿਸਮਤ,
ਨੀਲ ਕਮਲ, ਕਾਲੇ ਪਾਣੀ ਆਦਿ। ਗਿਣਤੀ ਸੰਬੰਧੀ 31 ਬਰਾਬਰ 1 ਜਮ੍ਹਾਂ 30, 77 ਬਰਾਬਰ 7 ਜਮ੍ਹਾਂ 70, ਤਿਕੋਣ ਬਰਾਬਰ 3 ਜਮ੍ਹਾਂ ਕੋਣ। ਕੁਝ ਫੁਟਕਲ ਸਵਾਸੀ ਸ਼ਬਦ ਆਤਿਸ਼ਬਾਜ਼ੀ, ਸਿਰ ਪੀੜ, ਜੱਗ ਬੀਤੀ, ਪਤਝੜ, ਰਾਸ਼ਟਰਪਤੀ, ਅਖੰਡ ਪਾਠ, ਹੱਦਬੰਦੀ, ਜਗਤ ਗੁਰੂ, ਲੂਣ ਹਰਾਮ, ਆਪ ਹੁਦਰਾ, ਹਰਮਨ ਪਿਆਰਾ, ਜੁੱਤੀ ਚੋਰ, ਬੁੱਢ ਸੁਹਾਗਣ, ਲੋਕ ਸਭਾ, ਆਪ ਬੀਤੀ, ਅੰਮ੍ਰਿਤ ਧਾਰਾ, ਗੜੇਮਾਰ, ਟਿਕਟ ਘਰ, ਮਾਲ ਗੱਡੀ, ਗਿੱਠ ਮੁਠੀਆ, ਦੇਸ਼ ਭਗਤ, ਰੇਲ ਗੱਡੀ, ਗੁਰਦੁਆਰਾ, ਦੂਰਦਰਸ਼ਨ, ਮਿੱਠ ਬੋਲਾ, ਸਰਬਸੰਮਤੀ, ਚਿੱਟ ਕੱਪੜੀਆ, ਨੌਕਰਸ਼ਾਹੀ, ਰਾਮ ਰੌਲਾ, ਅਤਿ ਕਥਨੀ। ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਉਤਪੰਨ ਸ਼ਬਦ। ਜਿਹੜਾ ਸ਼ਬਦ ਕਿਸੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਲਾ ਕੇ ਜਾਂ ਪਿਛੇਤਰ ਲਾ ਕੇ ਬਣਾਇਆ ਜਾਵੇ ਉਸਨੂੰ ਉਤਪੰਨ ਸ਼ਬਦ ਕਹਿੰਦੇ ਹਨ। ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਂਸ਼ ਅਗੇਤਰ ਅਤੇ ਪਿੱਛੇ ਲੱਗਣ ਵਾਲੇ ਪਿਛੇਤਰ ਹੁੰਦੇ ਹਨ। ਉਦਾਹਰਣ ਲਈ ਦੁਰਘਟਨਾ ਸ਼ਬਦ ਵਿੱਚ ਘਟਨਾ ਸ਼ਬਦ ਤੋਂ ਪਹਿਲਾਂ ਦੁਰ ਅਗੇਤਰ ਲੱਗਾ ਹੈ ਅਤੇ ਅਣਖੀਲਾ ਵਿੱਚ ਅਣਖ ਸ਼ਬਦ ਦੇ ਪਿੱਛੇ ਈਲਾ ਪਿਛੇਤਰ ਲੱਗਾ ਹੈ। ਅਗੇਤਰਾਂ ਅਤੇ ਪਿਛੇਤਰਾਂ ਤੋਂ ਬਣੇ ਕੁਝ ਸ਼ਬਦਾਂ ਦਾ ਵੇਰਵਾ ਇਸ ਪ੍ਰਕਾਰ ਹੈ। ਅਗੇਤਰ ਲੱਗੇ ਸ਼ਬਦ ਊੜੇ ਔਂਕੜ, ਉੱਖੜਨਾ, ਉਥੱਲਣਾ, ਉਲੰਘਣਾ, ਉਲੱਦਣਾ। ਉਪ, ਉਪਨਾਮ, ਉਪ ਬੋਲੀ, ਉਪ ਮੰਤਰੀ, ਉਪ ਨਿਰਦੇਸ਼ਕ। ਅਣ, ਅਣਸੁਣਿਆ, ਅਣਹੋਣੀ, ਅਣਗਹਿਲੀ, ਅਣਗਿਣਤ, ਅਣਡਿੱਠ, ਅਣਥੱਕ। ਅਪ, ਅਪਜਸ, ਅਪਮਾਨ, ਅਪਵਾਦ, ਅਪਵਿੱਤਰ। ਸ, ਸਚਿੱਤਰ, ਸਜੀਵ, ਸਫਲ, ਸਲੂਣਾ, ਸਪੁੱਤਰ, ਸੁਸ਼ੋਭਤ। ਇਸੇ ਤਰ੍ਹਾਂ ਪਿਛੇਤਰ ਲੱਗੇ ਸ਼ਬਦ, ਜਿਵੇਂ ਕਿ ਪਹਿਲਾਂ ਗੱਲ ਕੀਤੀ ਗਈ ਹੈ ਕਿ ਜਿਹੜੇ ਸ਼ਬਦਾਂਸ਼ ਕਿਸੇ ਸ਼ਬਦ ਦੇ ਅੰਤ ਵਿੱਚ ਜੁੜ ਕੇ ਕਿਸੇ ਨਵੇਂ ਸ਼ਬਦ ਦਾ ਨਿਰਮਾਣ ਕਰਦੇ ਹਨ ਉਹਨਾਂ ਨੂੰ ਪਿਛੇਤਰ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਪਿਛੇਤਰਾਂ ਤੋਂ ਬਣਦੇ ਸ਼ਬਦਾਂ ਦੀਆਂ ਕੁਝ ਵੰਨਗੀਆਂ ਹੇਠ ਲਿਖੇ ਪ੍ਰਕਾਰ ਹਨ। ਸੁਣ, ਸੁਣਾਈ, ਚੜ, ਚੜ੍ਹਾਈ, ਪੜ, ਪੜ੍ਹਾਈ, ਉਜਾੜ, ਉਜਾੜੂ, ਅੜੀ, ਅੜੀਅਲ, ਮੈਲ, ਮੈਲਾ, ਸ਼ਰਮ, ਸ਼ਰਮਾਕਲ, ਤੂਫਾਨ, ਤੂਫਾਨੀ, ਚੋਰ, ਚੋਰੀ, ਸ਼ੋਕ, ਸ਼ੋਕਮਈ, ਗਲਤ, ਗਲਤੀ, ਚਲਾਕ, ਚਲਾਕੀ, ਹਿਮ, ਹਿਮਾਲਾ, ਪੁਸਤਕ, ਪੁਸਤਕਾਲਾ, ਕਬੂਤਰ, ਕਬੂਤਰਬਾਜ, ਚਾਲ, ਚਾਲਬਾਜ। ਉਮੀਦ ਕਰਦੇ ਹਾਂ ਸ਼ਬਦ ਬੋਧ ਅਤੇ ਸ਼ਬਦ ਰਚਨਾ ਬਾਰੇ ਆਪ ਜੀ ਨੇ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।